a South Asian Canadian channel. वेस्टइंडीज ਦੇ ਸਰ ਵਿਵੀਅਨ ਰਿਚਰਡਸਨ ਦੇ ਸਟੇਡੀਅਮ ਵਿੱਚ ਭਾਰਤ ਦੇ ਨੌਜਵਾਨਾਂ ਨੇ ਉਹ ਕਾਰ ਦਿਖਾਇਆ ਜਿਸ ਨਾਲ ਪੂਰੇ ਦੇਸ਼ ਨੂੰ ਉਨ੍ਹਾਂ ਉੱਤੇ ਮਾਣ ਹੈ ਭਾਰਤ ਦੀ ਅੰਡਰ 19 ਟੀਮ ਵਿੱਚ ਪੰਜਵੀਂ ਵਾਰ ਖਿਤਾਬ ਆਪਣੇ ਨਾਮ ਕਰਦੇ ਹੋਏ ਇੰਗਲੈਂਡ ਨੂੰ ਹਰਾ ਕੇ ਦੇਸ਼ ਦੀ ਝੋਲੀ ਵਿੱਚ ਪਾ ਦਿੱਤਾ ਇਸ ਪੂਰੇ ਟੂਰਨਾਮੈਂਟ ਚ ਪੰਜਾਬ ਦੇ ਦੋ ਨੌਜਵਾਨਾਂ ਨੇ ਉਹ ਕਾਰ ਦਿਖਾਇਆ ਜਿਸ ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਬਲਕਿ ਪੰਜਾਬ ਵਾਸੀਆਂ ਨੂੰ ਵੀ ਉਨ੍ਹਾਂ ਉੱਤੇ ਗਰਵ ਹੈ ਫਾਈਨਲ ਵਿੱਚ ਜਦੋਂ ਭਾਰਤ ਦੇ ਪਹਿਲੇ ਓਵਰ ਦੌਰਾਨ ਹੀ ਵਿਕਟ ਡਿੱਗ ਗਈ ਤਾਂ ਉਸ ਤੋਂ ਬਾਅਦ ਜਲੰਧਰ ਦੇ ਹਰਨੂਰ ਪੰਨੂ ਨੇ ਮੋਰਚਾ ਸੰਭਾਲਦੇ ਹੋਏ ਭਾਰਤ ਨੂੰ ਸਹੀ ਸਿਚਨ ਤੇ ਲਿਆਂਦਾ ਤੇ ਅੰਤ ਵਿੱਚ ਭਾਰਤ ਨੇ ਫਾਈਨਲ ਮੈਚ ਜਿੱਤ ਲਿਆ ਹਰਨੂਰ ਪੰਨੂ ਜਲੰਧਰ ਦੇ ਗਾਰਡਨ ਕਲੋਨੀ ਦੇ ਰਹਿਣ ਵਾਲੇ ਹਨ ਤੇ ਉਸ ਦੇ ਘਰ ਵਿੱਚ ਕ੍ਰਿਕਟ ਖੂਨ ਵਿੱਚ ਹੀ ਹੈ ਹਰਨੂਰ ਪੰਨੂ ਦੇ ਦਾਦਾ ਤੇ ਪਿਤਾ ਤੇ ਚਾਚਾ ਸਾਰੇ ਹੀ ਕ੍ਰਿਕਟ ਖੇਡ ਚੁੱਕੇ ਨੇ ਇਹ ਨਾ ਵਿਚੇ ਭੁਪਿੰਦਰ ਜੂਨੀਅਰ ਨੇ ਤਾਂ ਭਾਰਤੀ ਟੀਮ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਹੈ ਹਰਨੂਰ ਬੰਨੂ ਦੇ ਦਾਦਾ ਦੀ ਮਿਹਨਤ ਦੇ ਚਲਦੇ ਅੱਜ ਹਰਨੂਰ ਇਸ ਮੁਕਾਮ ਤੇ ਪਹੁੰਚਿਆ ਹੈ ਕਿ ਭਾਰਤ ਦੀ ਇਸ ਜਿੱਤ ਦੇ ਉੱਤੇ ਉਸ ਦੇ ਪਰਿਵਾਰ ਨੂੰ ਉਸ ਦੇ ਉੱਤੇ ਮਾਣ ਹੈ ਘਰ ਵਿੱਚ ਸਾਰੇ ਇੱਕ ਦੂਸਰੇ ਨੂੰ ਲੱਡੂ ਖਵਾ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰ ਰਹੇ ਨੇ ਤੇ ਹਰਨੂਰ ਦੇ ਆਉਣ ਦੇ ਲਈ ਸਵਾਗਤ ਲਈ ਢੋਲ ਤੇ ਨਗਾੜੇ ਵੀ ਤਿਆਰ ਕਰੀ ਬੈਠੇ ਨੇ ਬਹੁਤ ਖੁਸ਼ੀ ਦੀ ਬਹੁਤ ਫਖਰ ਦੀ ਗੱਲ ਹੈ ਜੀ ਕਿ ਭਾਰਤੀ ਟੀਮ ਅੰਡਰ 19 ਕ੍ਰਿਕਟ ਵਰਲਡ ਕੱਪ ਜਿੱਤੀ ਹੈ ਪੰਜਵੀਂ ਵਾਰ ਇਹ ਮੁਕਾਬਲਾ ਜਿੱਤੀ ਹੈ ਔਰ ਇਸ ਵਾਰ ਜਿਹੜਾ ਵਰਲਡ ਕੱਪ ਜਿੱਤਿਆ ਗਿਆ ਭਾਰਤੀ ਟੀਮ ਵੱਲੋਂ ਇਹ ਜ਼ਿਆਦਾ ਵੱਡੀ ਜਿੱਤ ਮੈਂ ਸਮਝਦਾ ਕਿਉਂਕਿ ਜਿਸ ਤਰ੍ਹਾਂ ਕੋਵਿਡ ਦੇ ਦੌਰ ਚ ਪਿੱਛੇ ਮੁਕਾਬਲੇ ਨਹੀਂ ਹੋ ਸਕੇ ਟੀਮ ਨੂੰ ਤਿਆਰ ਕਰਨਾ ਪਹਿਲਾਂ ਤਾਂ ਸਿਲੈਕਸ਼ਨ ਕਮੇਟੀ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਇੰਨੀ ਮਜ਼ਬੂਤ ਟੀਮ ਚੁਣ ਕੇ ਮੁੰਡੇ ਚੁਣੇ ਉਸ ਤੋਂ ਬਾਅਦ ਵੀਵੀਐਸ ਲਕਸ਼ਮਣ ਜੀ ਜਿਨ੍ਹਾਂ ਦੀ سپورਟ ਰਹੀ ਗਾਈਡੈਂਸ ਰਹੀ ਵੈਸਟ ਇੰਡੀਜ਼ ਦੇ ਵਿੱਚ ਔਰ ਟੀਮ ਦੇ ਜਿਹੜੇ ਕੋਚੇਸ ਨੇ ਰਿਸ਼ੀਕੇਸ਼ ਕਨਿਤਕਰ ਸਾਇਰਾਜ ਬਹੁਤੁਲੇ ਮਨੀਸ਼ ਬਾਲੀ ਔਰ ਜਿੰਨਾ سپورਟ ਸਟਾਫ ਹੈ ਸਭ ਨੇ ਬਹੁਤ ਵਧੀਆ ਤਿਆਰੀ ਕਰਵਾਈ ਬੱਚਿਆਂ ਦੀ ਕਿ ਇਸ ਵਰਲਡ ਕੱਪ ਕਵੀ ਮੁਕਾਬਲਾ ਨਹੀਂ ਹਾਰੇ ਔਰ ਸਾਰੇ ਮੁਕਾਬਲੇ ਇੱਕ ਤਰਫਾ ਮੁਕਾਬਲਾ ਰਹੇ ਨੇ ਔਰ ਭਾਰਤੀ ਕ੍ਰਿਕਟ ਟੀਮ ਨੇ ਸਾਬਤ ਕੀਤਾ ਕਿ ਭਾਰਤ ਕੋਲ ਕ੍ਰਿਕਟ ਦਾ ਜ਼ਬਰਦਸਤ ਟੈਲੈਂਟ ਹੈ ਕਿੰਨੇ ਸੰਤੁਸ਼ਟ ਹੋ ਆਪਣੇ ਬੇਟੇ ਦੀ ਪਰਫਾਰਮੈਂਸ ਤੋਂ ਆ ਬੇਟੇ ਦੀ ਪਰਫਾਰਮੈਂਸ ਤੋਂ ਮੈਂ ਸਮਝਦਾ ਕਿ ਫਾਈਨਲ ਮੁਕਾਬਲੇ ਚ ਜੇ ਜ਼ਿਆਦਾ ਲੰਬੀ ਇਨਿੰਗਸ ਖੇਡਦਾ ਤੇ ਮੈਨੂੰ ਬਹੁਤ ਚੰਗਾ ਲੱਗਦਾ ਜਿੱਦਾਂ ਏਸ਼ੀਆ ਕੱਪ ਵਿੱਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲਾ ਬੈਟਸਮੈਨ ਸੀ ਚੈਲੈਂਜਰ ਟਰੋਫੀ ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲਾ ਬੱਲੇਬਾਜ਼ ਸੀ ਟ੍ਰਾਇੰਗੂਲਰ ਸੀਰੀਜ਼ ਚ ਬੜਾ ਅੱਛਾ ਪ੍ਰਦਰਸ਼ਨ ਰਿਹਾ ਵਰਲਡ ਕੱਪ ਚ ਉਸ ਲੈਵਲ ਤੇ ਨਹੀਂ ਆ ਸਕਿਆ ਪਰ ਫਿਰ ਵੀ ਮੈਂ ਸਮਝਦਾ ਕਿ ਬੈਟਿੰਗ ਅੱਛੀ ਕਰ ਰਿਹਾ ਸੀ ਕਿਸਮਤ ਨੇ ਮੁਕਾਬਲੇ ਚ ਸਾਥ ਨਹੀਂ ਦਿੱਤਾ ਸੈਲੀਬ੍ਰੇਸ਼ਨ ਕਿੱਦਾਂ ਹੋਏਗੀ ਵੈਲਕਮ ਕਿਦਾਂ ਸੈਲੀਬ੍ਰੇਸ਼ਨ ਤੋਂ ਉਲਟ ਮੱਕਿਆ ਨਾਲ ਹੋਏਗੀ ਜੀ ਇਹਦੇ ਯਾਰ ਦੋਸਤ ਇਹਦੇ ਕਜ਼ਨਸ ਇਹਦੇ ਭਰਾ ਬਸ ਤਿਆਰੀ ਕਰ ਰਹੇ ਨੇ ਯੋਜਨਾਵਾਂ ਬਣਾ ਰਹੇ ਨੇ ਔਰ ਗੱਲ ਚ ਹਾਰ ਪਾਏ ਜਾਣਗੇ ਢੋਲ ਢਮਕਾ ਹੋਏਗਾ ਮਠਾਈਆਂ ਹੋਣਗੀਆਂ ਉਤਸਵ ਦਾ ਇੱਕ ਜਸ਼ਨ ਦਾ ਮੇਲੇ ਦਾ ਮਾਹੌਲ ਹੈ ਜੀ ਪਰਿਵਾਰ ਚ ਇਸ ਤਰ੍ਹਾਂ ਹੈ ਕਿ ਲਫ਼ਜ਼ਾਂ ਰਹੀਂ ਇਹ ਖੁਸ਼ੀ ਜਿਹੜੀ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਲੇਕਿਨ ਮੈਂ ਸਮਝਦਾ ਕਿ ਮੈਂ ਟੀਮ ਜਿਹੜੀ ਫਾਈਨਲ ਮੁਕਾਬਲਾ ਜਿੱਤੀ ਹੈ ਉਦੇ ਵਿੱਚ ਮੈਂ ਸਮਝਦਾ ਕਿ ਜਿਸ ਤਰ੍ਹਾਂ ਕਿ ਕਹਿੰਦੇ ਹੁੰਦੇ ਨੇ ਨਾ ਇਫ ਫੀਲਡਰਸ ਓਲਡ ਕੈਚਸ ਬੋਲਰਸ ਵਿਨ ਮੈਚਸ ਤੋਂ ਸਾਡੇ ਮੱਧਮ ਗਤੀ ਦੇ ਤੇਜ਼ ਗੇਂਦਬਾਜ਼ਾਂ ਨੇ ਬਹੁਤ ਹੀ ਡਿਸਪਲਾਈਨਡ ਔਰ ਨਪੀਤਲੀ ਗੇਂਦਬਾਜ਼ੀ ਕੀਤੀ ਜਿਸ ਕਰਕੇ ਉਹਨਾਂ ਇੰਗਲੈਂਡ ਦੇ ਬੱਲੇਬਾਜ਼ਾਂ ਦੇ ਉਹਨਾਂ ਪੈਰ ਨਹੀਂ ਲੱਗਣ ਦਿੱਤੇ ਔਰ ਖਾਸ ਕਰਕੇ ਰਾਜ 바ਵਾ ਨੇ ਔਰ ਰਵੀ ਨੇ ਬਹੁਤ ਹੀ ਅੱਛੀ ਗੇਂਦਬਾਜ਼ੀ ਕੀਤੀ ਹੈ ਜਿਸ ਦੇ ਫਲ ਸਰੂਪ ਇੰਗਲੈਂਡ ਨੂੰ 199 ਦੌੜਾਂ ਦੇ ਵਿੱਚ ਆਊਟ ਕਰ ਲਿਆ ਔਰ ਜਿੱਥੋਂ ਤੱਕ ਹਿੰਦੁਸਤਾਨ ਦੀ ਬੱਲੇਬਾਜ਼ੀ ਦਾ ਤਾਲੁਕ ਹੈ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਬੱਲੇਬਾਜ਼ੀ ਜਦੋਂ ਪਹਿਲੇ ਓਵਰ ਦੇ ਵਿੱਚ ਸਾਡਾ ਚੋਟੀ ਦਾ ਜਿਹੜਾ ਪ੍ਰਾਰੰਭਕ ਬੱਲੇਬਾਜ਼ ਹੈ ਉਹ ਔਟੋ ਕੇ ਪਰਿੰਨ ਲਾਉ ਚੁਕਾ ਸੀ ਔਰ ਕੁਦਰਤੀ ਗੱਲ ਹੈ ਕਿ ਟੀਮ ਦੇ ਉੱਪਰ ਜਿਹੜਾ ਭਾਰ ਪੈਣਾ ਕੁਦਰਤੀ ਗੱਲ ਸੀ ਲੇਕਿਨ ਉਸ ਦੇ ਬਾਵਜੂਦ ਵੀ ਰਾਸ਼ੀਦ ਔਰ ਹਰਨੂਰ ਨੇ ਜੰਮ ਕੇ ਬੱਲੇਬਾਜ਼ੀ ਕੀਤੀ ਹੈ ਹਰਨੂਰ ਭਾਵੇਂ ਬਹੁਤਾ ਸਕੋਰ ਨਹੀਂ ਕਰ ਸਕਿਆ ਲੇਕਿਨ ਉਹਨਾਂ ਦੇ ਤੇਜ਼ ਗਤੀ ਦੇ ਜਿਹੜੇ ਕਿ ਬਹੁਤ ਹੀ ਅੱਛੀ ਗੇਂਦਬਾਜ਼ੀ ਕਰ ਰਹੇ ਸਨ ਉਹਨਾਂ ਦੋਨੇ ਕਾਫੀ ਸਮਝਦਾਰੀ ਨਾਲ ਮੁਕਾਬਲਾ ਕੀਤਾ a south asian canadian channel